ओहो, ये देखो लड़कियों का राज। हाँ जी भी दोस्तों, की हाल चाल है? उम्मीद है सारे वधिया होणगे। तो भाई तुसी वैसे फ्रंट थंबनेल देख लिया होना है, असी एक नवी ड्राइव शुरू कर रहे हैं जिहड़ी कि इस टाइम मैं खड़ा चंडीगढ़ माउंटेन गोल्ड दे नाल, सारा स्पॉन्सर्ड बाय माउंटेन गोल्ड होगा। माउंटेन गोल्ड की हैगा तुहानू ऑलमोस्ट मैं 5-10 मिनट ही अगे जाके उत्थे पहुँच ही जाना है, क्योंकि असी इत्थे इस टाइम खड़े हैं चंडीगढ़। मैं हैगा मनु भाजी कोले, ठीक है, ये उन्हां वाला ECU, ठीक है, जिहदे ते कि असी अगे भी ड्राइव करदे आ। बाई ने सारे स्टिकर्स ला ला के भरिया, बाई ने अर्न किए ने, लाइक ये लै के नहीं लाए हुए, तो इस करके सारे तो माउंटेन गोट का स्टिकर भी बाई को लग्या होया। ये हैगा जी माउंटेन गोट जिन्हें नाल कि आप चले हैं इस बारी, तो पहला भी मैं उन्होंने ट्रिप्स किए ने, ये रोड ट्रिप्स करते हैं, तो बड़ी वधिया एक कंपनी है तुसीं इहनूं कह सकदे हो, तो जिहदे विच कि लाइक सैल्फ ड्राइव जिहड़ियां गड्डियां ने उह लैके जांदे ने। इस बारी भी असीं इंडिया की लार्जेस्ट कॉनवॉय रन कर रहे हैं, ठीक है, तो उहदा मैं भी पार्ट बनने जा रहा, तो जिहड़ा कि मेरे हिसाब नाल 65 कार्स प्लस होणगीआं। मनु भाजी की हाल है? बहुत वधिया, ठीक ठाक हो? ये अपने मनु भाजी है भी, तो जिहड़े कि हड़ना अगे भी मैनूं लैके जांदे आ, तो इस बारी भी आपां इहनां दे ECU ते चले आ। तो बाकी हुण सवेर दा टाइम, हो चुका बई 6:30 हो चुके ने, तो आपां शिमले चलांगे। पहले शिमले उत्थे सारा अज स्कूटनी हो रही है, कुछ होर उत्थे छोटी मोटी इनफॉर्मेशन देणगे उह, फिर उत्थों रन करांगे। तो बाकी मारदे थोड़े नाल गल्लां असीं जांदे जांदे। ਤੋ ਬਹੁਤ ਹੀ ਸੋਹਣਾ ਵਿਊ ਹੈ ਇੱਥੋਂ, ਲਾਈਕ ਕਾਲਕਾ ਕ੍ਰੋਸ ਕਰ ਰਹੇ ਹਾਂ ਅਤੇ ਸਾਰੇ ਹੁਣ ਇੱਥੋਂ ਮਾਊਂਟੇਨ ਸ਼ੁਰੂ ਹੋ ਜਾਣਗੇ। ਚੰਡੀਗੜ੍ਹ ਨਿਕਲਦੇ ਆ ਅਤੇ ਸਨਰਾਈਜ਼ ਹੋ ਰਿਹਾ, ਕਿਉਂਕਿ ਟਾਈਮ ਹੋ ਚੁੱਕਿਆ 7:00 ਅਤੇ ਮੇਰੀ ਘੜੀ ਦਾ ਜਿਹੜਾ ਕਿ ਵੈਸੇ ਚਾਰਜ ਕਰਨ ਵਾਲੀ ਹੈ, ਕਿਉਂਕਿ ਟਾਈਮ ਨਹੀਂ ਲੱਗਿਆ, ਅਤੇ ਹੁਣ ਆਪਾਂ ਇਹਨੂੰ ਚਾਰਜਿੰਗ 'ਤੇ ਵੀ ਲਾਵਾਂਗੇ। ਮਨੂ ਭਾਜੀ ਮੈਂ ਕਹਿੰਦੇ ਹੁੰਦੇ ਕਿ ਭਾਜੀ ਜਗਾੜ ਲੱਗ ਹੀ ਜਾਂਦਾ ਹੈ, ਸਾਡੇ ਨਾਲ ਫਾਸਟ ਟੈਗ ਬਾਈ ਹੋਣੀ ਨੇ, ਕਿਉਂਕਿ ਗੱਡੀ ਨਾ ਇੱਕ ਘੱਟ ਚਲਾਉਂਦੇ ਹਲੇ, ਤਾਂ ਇੱਦਾਂ ਲੋਕਲ ਜ਼ਿਆਦਾ ਚੱਲਦੇ ਚੰਡੀਗੜ੍ਹ ਤੋਂ, ਤਾਂ ਕੋਈ ਟੋਲ ਹੀ ਹੈ ਨਹੀਂਗਾ, ਅਤੇ ਇਸ ਕਰਕੇ ਕੀ ਹੋਇਆ ਕਿ ਮੈਂ ਕਿਹਾ ਵੀ ਉਹ ਤੁਹਾਡਾ ਫਾਸਟ ਹੈ, ਬਾਈ ਕਹਿੰਦਾ ਕਿ ਰੀਚਾਰਜ ਤਾਂ ਕਰਾਇਆ ਸੀ ਕੱਲ੍ਹ, ਪਰ ਪਤਾ ਨਹੀਂ ਚੱਲਦਾ ਕਿਉਂਕਿ ਕਾਊਂਟ ਹੈ ਨਹੀਂ ਬਾਈ ਦਾ ਨਾ, ਅਤੇ ਬੈਂਕ 'ਚ ਜ਼ਰੂਰ ਲਿਆ ਹੋਇਆ ਉਹ, ਅਤੇ ਜਦੋਂ ਕਿ ਫਾਸਟ ਟੈਗ ਨਵੇਂ ਆਏ ਸੀ ਉਦੋਂ ਦੇ ਮੈਂ ਸੁਣਾ ਤੁਸੀਂ ਲਿਆ ਹੋਇਆ ਨਾ, ਅਤੇ ਉਹ ਦਾ ਲੱਗਿਆ ਹਾਂ, ਅਤੇ ਫਿਰ ਮੈਂ ਕਿਹਾ ਵੀ ਨਹੀਂ ਇਹਨੇ ਡਬਲ ਹੀ ਕੱਟਣਾ ਤੁਹਾਡਾ, ਕਿ ਮਤਲਬ ਸਿੰਗਲ ਨਹੀਂ ਕੱਟਦੇ ਹੁੰਦੇ, ਪਰ ਉਹ ਕਹਿੰਦੇ ਹੁੰਦੇ ਆ ਇੱਕ ਵਾਰੀ ਕਹਿੰਦੇ ਖਲੋ ਜਾ ਮੈਂ ਦੱਸਦਾ ਤੈਨੂੰ, ਅਤੇ ਬਾਈ ਨੇ ਉਹਨੂੰ ਰਿਕੁਐਸਟ ਕੀਤੀ ਕਿ ਭਰਾ ਯਾਰ ਅਕਾਊਂਟ ਹੈ ਇੱਦਾਂ, ਉਹ ਮਤਲਬ ਬੰਦਾ ਵਿਚਾਰਾ ਵੈਸੇ ਚਿੱਲ ਨਿਕਲਿਆ, ਕਹਿੰਦਾ ਚਲੋ ਸਰ ਕੋਈ ਗੱਲ ਨਹੀਂ, ਉਹਨੇ 30 ਰੁਪਏ ਹੀ ਕੱਟਣੇ ਅਤੇ 60 ਰੁਪਏ ਭਰਨੇ ਪੈਣੇ ਸੀ ਸਿੰਗਲ ਦੇ, ਅਤੇ ਇਹ ਹੁਣ ਪਰ ਚਲੋ ਚੰਗੀ ਗੱਲ ਹੈ। ਅਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਇੱਥੋਂ ਹੁਣ ਸਨਰਾਈਜ਼ ਹੋ ਰਿਹਾ, ਬਹੁਤ ਹੀ ਸੋਹਣਾ ਵਿਊ ਹੈ, ਅਤੇ ਇਹ ਅਸੀਂ ਸ਼ਿਮਲਾ ਦੀ ਜਿਹੜੀਆਂ ਹਿਲਸ ਨੇ ਉਹ ਮਤਲਬ ਹਿਲ ਸ਼ਿਮਲਾ ਵਾਲੀਆਂ ਨਹੀਂ ਕਹਿ ਸਕਦੇ, ਪਰ ਹਿਮਾਚਲ ਵਾਲੀਆਂ ਜ਼ਰੂਰ ਐਂਟਰ ਹੋ ਗਏ। ਸਨਰਾਈਜ਼ ਤੁਸੀਂ ਇੱਥੋਂ ਵੇਖ ਸਕਦੇ ਹੋ, ਬਹੁਤ ਹੀ ਸੋਹਣਾ ਵਿਊ ਹੈ, ਇਹ ਹੁਣ ਹਾਈਵੇ ਸਾਰਾ ਇੱਦਾਂ ਹੀ ਜਾਊਗਾ ਸ਼ਿਮਲੇ ਤੱਕ। ਦੋਸਤੋ ਪਹਿਲਾਂ ਸਾਨੂੰ ਹਿਮਾਚਲ ਐਂਟਰੀ ਵਾਲਾ ਗ੍ਰੀਨ ਟੈਕਸ ਵਾਲਾ ਟੋਲ ਆ ਗਿਆ। ਦੋਸਤੋ ਇਹ ਜਦੋਂ ਅਸੀਂ ਹਿਮਾਚਲ ਐਂਟਰ ਹੁੰਦੇ ਹਾਂ ਨਾ, ਤਾਂ ਸਾਨੂੰ ਗ੍ਰੀਨ ਟੈਕਸ ਦੇਣਾ ਪੈਂਦਾ, ਜਿੰਨੇ ਸੀਟਰ ਗੱਡੀ ਹੁੰਦੀ ਆ ਉਨੇ ਹੀ ਪੈਸੇ ਹੁੰਦੇ, ਲਾਈਕ ਜੇ 5 ਸੀਟਰ ਵਾਲੇ 50 ਰੁਪਏ, 7 ਸੀਟਰ ਵਾਲੇ 70 ਰੁਪਏ। ਅਤੇ ਫਿਲਹਾਲ ਹੁਣ ਆਪਾਂ ਐਂਟਰ ਹੋ ਗਏ ਵਾਇਆ ਸੋਲਨ, ਹੋ ਕੇ ਚੱਲਾਂਗੇ, ਨਵਾਂ ਹਾਈਵੇ ਵੀ ਜਿਹੜਾ ਬਣਿਆ ਤੁਹਾਨੂੰ ਉਹ ਵੀ ਦਿਖਾਵਾਂਗੇ, ਅਤੇ ਬਹੁਤ ਸੋਹਣਾ ਸਵੇਰ ਦਾ ਵਿਊ ਹੈ, ਧੁੰਦ ਹੈ ਨਹੀਂ ਜਮਾਂ ਵੀ, ਠੰਡ ਅਜੇ ਫਿਲਹਾਲ ਥੋੜ੍ਹੀ ਜਿਹੀ ਹੈਗੀ ਹੈ ਸਵੇਰੇ ਸਵੇਰੇ, ਪਰ ਉਮੀਦ ਹੈ ਕਿ ਧੁੱਪ ਨਿਕਲ ਆਊਗੀ, ਅਤੇ ਪਰ ਜਿੱਥੇ ਅਸੀਂ ਜਾਣਾ ਹੈ ਕੱਲ੍ਹ ਜਾਂ ਪਰਸੋਂ ਉੱਥੇ ਪ੍ਰੋਪਰ ਸਨੋਅ ਮਿਲੂਗੀ ਸਾਨੂੰ। ਬੇਸਿਕਲੀ ਅਸੀਂ ਜਾ ਰਹੇ ਹਾਂ ਕਾਜ਼ਾ, ਸਪਿਤੀ ਦਾ ਇਹ ਟ੍ਰਿਪ ਹੈ ਸਾਰਾ ਜਿਹੜੀ ਕਿ ਸੈਲਫ ਡਰਿਵਨ ਗੱਡੀਆਂ ਲੈ ਕੇ ਤੁਹਾਨੂੰ ਜਾਂਦੀ, ਆਪਣੀ ਗੱਡੀ ਹੁੰਦੀ ਆ ਤੁਹਾਡੀ, ਠੀਕ ਹੈ, ਅਤੇ ਤੁਸੀਂ ਉਹਨਾਂ ਨਾਲ ਜੁਆਇਨ ਕਰਦੇ ਹੋ, ਤੁਹਾਨੂੰ ਉਹ ਪ੍ਰੋਪਰ ਸਾਰੀ ਜਿਹੜੀਆਂ ਚੀਜ਼ਾਂ ਨੇ ਉਹ ਪ੍ਰੋਵਾਈਡ ਕਰਦੇ ਨੇ, ਮਤਲਬ ਰਹਿਣਾ ਖਾਣਾ ਪੀਣਾ ਮਤਲਬ ਕਈ ਕੁਛ, ਠੀਕ ਹੈ, ਅਤੇ ਬਹੁਤ ਸਾਰੇ ਬ੍ਰਾਂਡਸ ਉਹਨਾਂ ਨੂੰ ਮਤਲਬ ਸਪੋਂਸਰ ਵੀ ਕਰਦੇ ਨੇ, ਉਹ ਤੁਹਾਨੂੰ ਮੈਂ ਉੱਥੇ ਜਾ ਕੇ ਗਾਈਡ ਕਰ ਦੂੰਗਾ। ਅਤੇ ਫਿਲਹਾਲ ਹੁਣ ਆਪਾਂ ਇੱਥੋਂ ਤੁਰੇ ਜਾਂਦੇ ਹਾਂ, ਤੁਹਾਨੂੰ ਵਿਊਜ਼ ਇੰਜੋਏ ਕਰਾਈ ਜਾਂਦੇ ਹਾਂ, ਅਤੇ ਫਿਲਹਾਲ ਹਿਮਾਚਲ 'ਚ ਐਂਟਰ ਹੋਣ ਵਾਸਤੇ ਕੋਈ ਕੋਵਿਡ ਟੈਸਟ ਜਾਂ ਕੋਈ ਪਰਮਿਸ਼ਨ ਵਗੈਰਾ ਨਹੀਂ ਚਾਹੀਦੀ, ਅਤੇ ਅੱਜ ਅਸੀਂ ਸ਼ਿਮਲੇ ਹੀ ਰੁਕਾਂਗੇ ਰਾਤ, ਅਤੇ ਕੱਲ੍ਹ ਨੂੰ ਸਾਡਾ ਸ਼ਡਿਊਲ ਜਿਹੜਾ ਮੈਂ ਤੁਹਾਨੂੰ ਸ਼ਾਮ ਨੂੰ ਦੱਸੂੰਗਾ ਵੀ ਕੀ ਸ਼ਡਿਊਲ ਹੈ। ਅਤੇ ਦੋਸਤੋ ਇੱਥੋਂ ਸ਼ਿਮਲਾ ਹੈਗਾ 85, ਸੋਲਨ ਹੈਗਾ 37, ਅਤੇ ਇਹ ਹੁਣ ਸਾਡਾ ਸ਼ੁਰੂ ਹੋ ਗਿਆ, ਥੋੜ੍ਹਾ ਜਿਹਾ ਕੱਚਾ ਰੋਡ ਆ, ਅੱਗੇ ਜਾ ਕੇ ਹੋ ਜੂਗਾ ਇਹ ਵੱਡਾ। ਇਹ ਟਿੰਬਲ ਟ੍ਰੇਨ ਜਾਂਦੀ ਆ ਵੀ ਸਾਰੀ ਉੱਪਰ ਨੂੰ, ਅਤੇ ਇਹ ਨਾਲ ਹੀ ਚੰਡੀਗੜ੍ਹ ਤੋਂ ਹਾਰਡਲੀ ਕੋਈ 1/2 ਘੰਟੇ ਦੀ ਡਰਾਈਵ 'ਤੇ ਹੈ। ਅਤੇ ਦੋਸਤੋ ਇੱਥੇ ਤੁਹਾਨੂੰ ਰਾਹ 'ਚ ਇੱਕ ਮੈਕਡੋਨਲਡ ਵੀ ਆਉਂਦਾ, ਇੱਥੇ ਮਤਲਬ ਕਾਫੀ ਰੈਸਟੋਰੈਂਟ ਪਿੱਛੇ ਬਣੇ ਹੋਏ ਆ ਇਹਦੇ, ਅਤੇ ਇਹ ਇਕਲੌਤਾ ਇੱਕ
ਮੈਕਡੋਨਲਡ ਦਾ ਰਾਜ ਤੁਹਾਨੂੰ ਮਿਲੂਗਾ ਇੱਧਰ ਅਗਲੇ ਬੰਨੇ, ਹੁਣ ਕੁਛ ਨਹੀਂ ਮਿਲਣਾ ਤੁਹਾਨੂੰ। ਹਾਂ ਛੋਟੇ ਮੋਟੇ ਢਾਬੇ ਰੈਸਟੋਰੈਂਟ ਤੁਹਾਨੂੰ ਮਿਲਦੇ ਰਹਿਣਗੇ ਰਸਤੇ 'ਚ, ਪਰ ਇਹ ਹੈ ਕਿ ਇਹ ਇੱਕ ਲਾਸਟ ਵਾਲਾ। ਲਓ ਵੀ ਦੋਸਤੋ ਇੱਕ ਟੋਲ ਹੋਰ ਆ ਗਿਆ, ਇਹ ਜਿਹੜਾ ਨਵਾਂ ਬਣਿਆ ਇਹਦੇ ਕਰਕੇ ਟੋਲ ਪੇ ਟੋਲ ਚੱਲ ਰਹੇ ਹੈ। ਕਿਆ ਬਾਤ ਹੈ ਬਈ, ਸੋਲਨ ਦੇ ਵਿੱਚ ਤੁਹਾਨੂੰ ਪੀਜ਼ਾ ਹੱਟ KFC ਵੀ ਖੁੱਲ ਰਿਹਾ, ਕਿਆ ਬਾਤ ਹੈ ਬੋਲੇ ਇੱਥੇ ਵਾਵਾ। ਤੇ ਦੋਸਤੋ ਸੋਲਨ ਜਿਹੜੀ ਸਿਮਰੀ ਵਾਲੀ ਟ੍ਰੇਨ ਆ ਉਹ ਵੀ ਇੱਥੋਂ ਲੰਘ ਕੇ ਜਾਂਦੀ ਹੈ, ਅਤੇ ਇਹ ਆ ਗਈ ਪਟਰੀ। ਵੈਸੇ ਕਾਫੀ ਇਹਦੇ ਸਟੇਸ਼ਨ ਫੇਮਸ ਨੇ। ਥੋੜ੍ਹਾ ਜਿਹਾ ਰਸਤਾ ਬਾਈ ਅਜੇ ਬਣ ਰਿਹਾ, ਵੈਸੇ ਅੰਡਰ ਕੰਸਟਰਕਸ਼ਨ ਹੈ, ਅਤੇ ਸੋਲਨ ਤੋਂ ਅੱਗੇ ਆਣ ਗਿਆ, ਪਰ ਫਿਰ ਵੀ ਰੋਡ ਚੱਲ ਰਿਹਾ ਇਹ। ਤੇ ਦੋਸਤੋ ਫਾਈਨਲੀ ਸ਼ਿਮਲਾ ਦਿਖਣਾ ਸ਼ੁਰੂ ਹੋ ਗਿਆ ਇੱਥੋਂ, ਇਹ ਸਾਰਾ ਹੁਣ ਸ਼ਿਮਲਾ ਹੈ, ਅਤੇ ਜਿਹੜਾ ਕਿ ਉਹ ਹਿੱਲ ਜਿਹੜੀ ਸਾਨੂੰ ਦਿਖ ਰਹੀ ਆ ਇਹ ਵਾਲੀ ਸਾਰੀ ਸਾਰੀ। ਅਤੇ ਸਾਨੂੰ ਆਲਮੋਸਟ ਲੱਗਿਆ ਬਾਈ 2 ਘੰਟੇ, ਰਾਹ ਸਾਫ਼ ਸੀਗਾ, ਕੋਈ ਕੋਵਿਡ ਦੀ ਰਿਪੋਰਟ ਦਾ ਕੋਈ ਨਹੀਂ ਮੰਗ ਰਹੇ, ਅਤੇ ਸਵੇਰੇ ਸਵੇਰੇ ਆਓ ਤਾਂ ਟ੍ਰੈਫਿਕ ਘੱਟ ਮਿਲਦਾ, ਉੱਦਾਂ ਟ੍ਰੈਫਿਕ ਮਿਲਦਾ। ਸ਼ਿਮਲੇ ਵੀ ਸਨੋ ਵੇਖਣ ਨੂੰ ਮਿਲੂਗੀ, ਇਹ ਸਾਈਡ ਵਾਲਾ ਪਾਸਾ ਹੈ ਤਾਂ ਧੁੱਪ ਨਹੀਂ ਆਈ, ਇਸ ਕਰਕੇ ਸਨੋ ਅਜੇ ਪਈ ਹੈ ਸਾਈਡਾਂ ਥੋੜ੍ਹੀ ਥੋੜ੍ਹੀ ਉੱਤੇ। ਹੈਲੋ ਸਰ, ਕਿਆ ਹਾਲ ਚਾਲ ਹੈ? ਕਿਆ ਹਾਲ ਚਾਲ ਹੈ? ਮੈਨੂੰ ਲੱਗ ਰਿਹਾ ਕਿ ਜੈਕਟ ਕਰਕੇ ਮੋਟੇ ਹੋ ਗਏ ਬਾਈ, ਕਿਹਨੂੰ ਕਿਹਨੂੰ ਲੱਗ ਰਿਹਾ ਕਿ ਦੋਸਤੋ ਅਸੀਂ ਇੰਨੀ ਕੁ ਪਹਿਲਾਂ ਆ ਚੁੱਕੇ ਹਾਂ ਕਿ ਅਜੇ ਇਹਨਾਂ ਦੀ ਤਿਆਰੀ ਵੀ ਚੱਲ ਰਹੀ ਹੈ, ਕਿ ਅਜੇ ਇਹਨਾਂ ਦੇ ਟੈਂਟ ਲੱਗ ਰਹੇ ਨੇ, ਤੇ ਮਨੂ ਭਾਈ ਸਾਨੂੰ ਇੰਨੀ ਕੁ ਛੇਤੀ ਲੈ ਆਏ। ਵੈਸੇ ਮਨੂ ਭਾਈ ਥੈਂਕ ਯੂ, ਕਿਹੜੀ ਆਈਸ? ਕੋਈ ਆਈਸ ਨੀ ਹੈਗੀ, ਆਈਸ ਤਾਂ ਸਾਨੂੰ ਖੜ ਗਏ ਜਿਹੜੀ ਜਿਹਦੇ ਲਈ ਅਸੀਂ ਚੱਲੇ ਆ। ਉਹ ਅੱਛਾ, ਇਹ ਮੇਲਾ ਦਾ ਸਪੈਸ਼ਲ ਛੁੱਟੀ ਲੱਗਦੀ ਹੈ ਇਹਨਾਂ ਨੇ। ਅਤੇ ਦੋਸਤੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਇੱਥੇ, ਸਾਰਾ ਇਹਨਾਂ ਦਾ ਈਵੈਂਟ ਔਰਗਨਾਈਜ਼ ਹੋ ਰਿਹਾ ਅੱਜ, ਲਾਈਕ ਬਰੀਫਿੰਗ ਵਗੈਰਾ ਹੋਊਗੀ, ਅਤੇ ਥੋੜ੍ਹੀ ਬਹੁਤੀ ਸਕੂਟਨਿੰਗ ਹੋਊਗੀ ਕਾਰਾਂ ਦੀ, ਅਤੇ ਸਾਰੇ ਜਣੇ ਇੱਥੇ ਹੀ ਅੱਜ ਪਹੁੰਚ ਰਹੇ ਨੇ। ਅਤੇ ਫਿਲਹਾਲ ਜਿਹਨਾਂ ਨੂੰ ਤੁਹਾਨੂੰ ਮਿਲਾਇਆ ਸੂਰਜ ਸੀਗੇ, ਮਤਲਬ ਮਾਊਂਟਨ ਗੋਡ ਦੇ ਹੀ ਲਾਈਕ ਪਾਰਟਨਰ ਨੇ, ਅਤੇ ਇੱਥੇ ਬਹੁਤ ਸਾਰੇ ਜਿਹੜੇ ਬ੍ਰਾਂਡਸ ਇਹਨਾਂ ਨੂੰ ਸਪੋਂਸਰ ਕਰ ਰਹੇ ਨੇ, ਅਤੇ ਉਹਨਾਂ ਦੇ ਇੱਥੇ ਬੈਨਰ ਵਗੈਰਾ ਸਾਰੇ ਲੱਗੇ ਨੇ, ਅਜੇ ਤਾਂ ਇਹਨਾਂ ਦੇ ਹੋ ਰਹੇ ਨੇ। ਅਤੇ ਬਾਈ ਇਹ ਸਾਰੇ ਸਾਰੇ ਇਹਨਾਂ ਦੇ ਬ੍ਰਾਂਡਸ ਨੇ ਇੱਥੇ ਜਿਹੜੇ ਜਿਹੜੇ ਸਪੋਂਸਰ ਕਰ ਰਹੇ ਨੇ, ਮਿੰਚੀਜ਼ ਆ ਗਿਆ, ਠੀਕ ਹੈ, ਇਹਨਾਂ ਦਾ ਪਾਰਟਨਰ ਹੈ, ਠੀਕ ਹੈ, ਇਹ ਈਸੀਯੂ, ਠੀਕ ਹੈ, ਮੋਬਿਲ ਆ ਗਿਆ, ਠੀਕ ਹੈ, ਹਿਮਾਚਲ ਟੂਰਿਜ਼ਮ ਆ ਗਿਆ, ਯੋਕੋਹਾਮਾ ਟਾਇਰਸ, ਇਹ ਮੇਨ ਬੋਰਡ ਆ ਗਿਆ ਬਈ ਸਾਰੇ ਸਾਰਾ ਜਿਹੜਾ ਕਿ ਇਹਨਾਂ ਦਾ ਹੈਗਾ। ਅਤੇ ਹੈਲੋ ਹੈਲੋ, ਕੀ ਹਾਲ ਚਾਲ ਹੈ? ਵਧੀਆ ਵਧੀਆ, ਆਪ ਬਤਾਓ ਕੈਸੇ ਹੋ? ਠੀਕ ਠਾਕ ਬਾਈ। ਇੱਕ ਚੀਜ਼ ਨਾ ਇਸ ਵਾਰ ਚੇਂਜ ਹੋ ਚੁੱਕੀ ਹੈ, ਸ਼ਾਸ਼ਵਤ ਬਾਈ ਕੋ ਠੰਡ ਲੱਗਣੇ ਲੱਗ ਗਈ ਆਜ, ਇਹ ਪਜਾਮੇ ਮੈਂ ਆ ਚੁੱਕਾ ਹੈ ਨਿੱਕਰ ਸੇ, ਜੋ ਦਾਦਾ ਹੈ ਕਿਆ ਸਮਾਰਟ ਸੂਟ ਕੋਈ ਨਹੀਂ। ਸੂਰਜ ਬਾਈ ਇਹ ਕਿਆ ਹੁਆ, ਆਪਣਾ ਬੰਦੇ ਕੋ ਪਜਾਮਾ ਡਲਵਾ ਰਹੀ ਆਜ, ਯਾਰ ਇਹ ਕੰਮ ਖਰਾਬ ਹੈ ਨਾ, ਆਈਡੈਂਟੀ ਖਰਾਬ ਹੋ ਗਈ, ਲੋਕ ਜਾਂ ਤਾਂ ਨਿੱਕਰ ਵਾਲਾ ਬੰਦਾ ਕਹਾ ਤਾਂ ਕੌਣ ਡੁੱਟੇਗਾ ਇਸਕੋ। ਤੋ ਦੋਸਤੋ ਇਨਕਾ ਕੌਂਟ੍ਰੈਸ ਯਹਾਂ ਪੇ ਸਾਰੇ ਸਾਰਾ, ਯਹਾਂ ਪੇ ਸਾਰੇ। ਓ ਹੈਲੋ, ਕਿਆ ਹਾਲ ਹੈ? ਇਸ ਬਾਰ ਕੁਛ ਨਿਆ ਦੇਖਣੇ ਕੇ ਲਈ ਮਿਲ ਰਿਹਾ ਹੈ, ਫਾਈਲਸ ਕੇ ਉੱਪਰ ਵੀ ਸਟਿਕਰਸ ਲਗੇ ਹੋਏ ਹੈ ਜੋ ਕਿ ਪਹਿਲੇ ਨਹੀਂ ਹੋਤੇ ਥੇ, ਤੋ ਲੇਕਿਨ ਇਹ ਕਾਫੀ ਅੱਛਾ ਹੈ, ਇਹ ਪ੍ਰੋਪਰ ਇਨਕਾ ਸਾਰੀ ਬੁੱਕ ਹੈ ਜਿਸ ਮੇ ਸਾਰਾ ਕੁਛ ਮਿਲੇਗਾ ਆਪ ਲੋਗੋਂ ਕੋ ਕਿ। ਯਾਰ ਇਹ ਚੀਜ਼ ਬਾਅਦ ਮੇ, ਇਹ ਆਪਕੇ ਕਾਮ ਕੀ ਚੀਜ਼ ਹੈ, ਹਮਾਰੇ ਕਾਮ ਕੀ ਨਹੀਂ ਹੈ ਇਹ। ਤੋ ਦੋਸਤੋ ਇਹ ਸਾਰਾ ਕਾ ਸਾਰਾ ਐਸੇ ਮਿਲ ਜਾਤਾ ਹੈ, ਇਸ ਮੇ ਸਾਰੀ ਇਨਕੀ ਡਿਟੇਲਸ ਹੋਤੀ ਹੈ, ਵੀ ਕਹਾਂ ਕਹਾਂ ਜਾ ਰਹੇ ਹੈ, ਕਿਆ ਸਿਸਟਮ ਹੈ, ਤੋ ਸਾਰਾ ਇਸ ਮੇ ਆਪ ਲੋਗ ਦੇਖ ਸਕਤੇ ਹੈ, ਤੋ ਕਿਆ ਰੋਡ ਮੈਪ ਹੈ, ਇਹ ਸਾਰਾ ਹਮ ਲੋਗ ਇਹ ਕੁਛ ਕਰਨੇ ਵਾਲੇ ਹਾਂ, ਜੋ ਡਰਾਈਵ ਹੈ ਹਮਾਰੀ, ਲਾਈਕ 12th ਕੋ ਸ਼ੁਰੂ ਹੁਆ ਥਾ, 13, 14, 15 ਕਹਾਂ ਕਹਾਂ ਜਾਣਾ ਹੈ, ਕਿਆ ਸਿਸਟਮ ਹੈ, ਸਾਰੀ ਯਹਾਂ ਪੇ ਡਿਟੇਲਸ ਆਪ ਲੋਗੋਂ ਕੋ ਮਿਲ ਜਾਏਗੀ, ਰੋਡ ਮੈਪ ਮਿਲ ਜਾਏਗਾ ਸਾਰਾ ਕਾ ਸਾਰਾ, ਠੀਕ ਹੈ, ਕਿਆ ਕਿਆ ਹੋਣੇ ਵਾਲਾ ਹੈ, ਕਿਤਨੇ ਟਾਈਮ ਮੈਂ ਚੱਲਣਾ ਹੈ, ਕਿਆ ਹੋਣਾ ਹੈ, ਠੀਕ ਹੈ, ਤੋ ਇਹ ਸਾਰਾ ਆ ਜਾਏਗਾ ਇਸਮੇ, ਠੀਕ ਹੈ, ਗਾੜੀ ਕੀ ਕਿਆ ਕਿਆ ਸਟਿਕਰਿੰਗ ਵਗੈਰਾ ਯਹਾਂ ਪੇ ਹੋਤੀ ਹੈ, ਉਹ ਸਾਰੀ ਡਿਟੇਲਸ ਆਪਕੋ ਮਿਲ ਜਾਏਗੀ, ਤੋ ਇਹ ਰਹਾ। ਔਰ ਬਾਤ ਮੈਂ ਇਸਮੇ ਵਿੱਚ ਮੈਂ ਔਰ ਕਿਆ ਹੈ ਉਹ ਵੀ ਦੇਖਤੇ ਹੈ। ਔਰ ਦੋਸਤੋ ਸੋਰੀ ਗਿਰ ਗਿਆ,
अच्छा आपके आईडी कार्ड होते हैं जो जो गाड़ी में है उनके, यहाँ पे फोटोज लग जाती हैं। और ये कुछ नया है इस बार, मुझे भी नहीं पता ये क्या है, लेकिन ये बुकलेट है। अच्छा कनौर की बुकलेट, हाँ पहले नहीं होती थी ना, इस बार ही डाली है। तो भाई ये कनौर की सारी बुकलेट आ गई, ठीक है। और इसमें क्या है देख लेते हैं। नहीं अभी खाली हो गया है ना सारा का सारा ये, तो अभी इसको हम दोबारा बीच में डाल देंगे। तो ये सारी सारी सेम है ना वैसे, बस ये कलर्स चेंज किए। अच्छा कलर्स अलग अलग है, ठीक है। कलर्स अलग नहीं है, सिर्फ बोर्ड के कलर्स अलग है, वरना फाइल के कलर्स तो जो नॉर्मली मिलते हैं। अच्छा वही है, ठीक है। तो साथ में भाई रेड बुल भी मिलेगी, पता नहीं फ्री में मिलेगी कि पैसे लेंगे, लेकिन रेड बुल स्पॉन्सर करता है इनको। तो यहाँ पे आप अपना रजिस्टर करा सकते हैं, सारा कुछ, गाड़ी वगैरह सारे डॉक्यूमेंट्स वगैरह भी होते हैं, तो वो सारे के सारे यहाँ पे होने चाहिए। तो मैं भी भाई इनके साथ पहली बार काजा जा रहा हूँ, वैसे तो मैं बहुत बार गया हूँ लेकिन इनके साथ पहली बार जा रहा हूँ। लास्ट टाइम हम मनाली चले गए थे क्योंकि उन्होंने बंद किया हुआ था काजा। तो बाकी आप लोगों ने और भी इनके ब्लॉग्स देखे होंगे, तो ऐसे यहाँ पे सारे सारे स्टॉल्स लगे हैं, मैं आपको इंट्रोड्यूस करता रहूंगा। काफी जबरदस्त देखने को मिल रही है चीजें मुझे। इस बार आपको पता है कि 9th एडिशन है और इस बार बहुत ही बड़ा कॉन्वॉय है 55 कार्स का, तो इस बार बहुत सारी चेंजेस दिखेगी। जैसे पिछले बार था वैसा नहीं है, कॉन्वॉय दो तरीके से चलेगा और बहुत सारी चेंजेस है जो आपको हम रास्ते में और पूरे एक्सपीडिशन में आज सब कुछ नहीं बताने वाले हैं ना, फिर इंटरेस्ट खत्म हो जाएगा, लोगों को रोज का रोज पता चलेगा। तो इस बार लाइक हम लोग कहाँ कहाँ जा रहे हैं थोड़ा सा वैसे ब्रीफ कर दो, वैसे मैंने कर दिया। इस बार ये हमारा जो फ्लैगशिप इवेंट जो पिछले साल नहीं हो पाया है, तो इस बार हम कल कल्पा जाएंगे और उसके बाद इस बार हम पहली बार थ्री नाइट्स वी विल बी इन काजा। तो इस बार हम काजा में पूरी स्नो बैशिंग 3 दिन पूरा एंजॉय स्नो में करेंगे। सो 3 डेज वी विल आर इन काजा एंड देन उसके बाद वी विल बी कमिंग बैक टू शिमला। ठीक है, बहुत अच्छा, ठीक है। तो दोस्तों जैसे कि सूरज भाई ने बताया, ठीक है, तो बहुत कुछ होने वाला है, बहुत कुछ थोड़ा वेखन मिलूगा, ठीक है, बहुत फन होगा, ठीक है। तो तुम स्टे ट्यून रहो, तो आप व्लॉग्स भी डेली डेली पावे जिन्हें इवेंट चलूगा। वैसे ऑलमोस्ट 29th खत्म होना है, आप कोई ज्वाइन करना चाहता इन्हों नैक्सट के इवेंट्स के लिए, तो इन्हों इन्हों इंस्टाग्राम से इन्हों ईमेल कर सकते हो, वैबसाइट भी हैगी है, मैं सारा कुछ थले मैनशन कर रहा, तुम उन्होंने फॉलो कर लियो। तो की सिस्टम होंगे किमें होंगे, सैल्फ ड्राइवन होंगे वैसे गड्डिया के, अपनी कार लिया सकते हो, इन्होंने ज्वाइन कर सकते हो, तो काफ़ी वधिया होंगे, काफ़ी इंट्रस्टिंग होंगे, थोड़ा अगे अगर ब्लॉग से पता लग जूगा जी। तो दोस्तों जिदा कि लास्ट टाइम भी सूँ एक जैकेट मिली थी, जिद सारे स्पॉन्सर का लिखा से माउंटेन गोल्ड की ऑफिशियली जैकेट है, जेडे कि ज्वाइन करते हैं उन्होंने ही मिलती है, हर एक को नहीं मिलेगी। ये पहले तो इसको खोलते हैं यहाँ से, ठीक है, तो खुल गई ये भाई। लास्ट टाइम भी बहुत अच्छी जैकेट्स थी, तो पहले तो आप सारी जैकेट्स देख सकते हो, इसमें इनका माउंटेन गोट का प्रॉपर सारा लिखा हुआ है, मोबिल है, योकोहामा है, यहाँ पे हिमाचल टूरिज्म आ गया, वर्थ आ गया, कर आ गया, सारा कुछ में लाइक इस तरफ भी है, जो जो स्पॉन्सर्ड है, गोप्रो आ गया, रूट फोर्स आ गया। अभी इसको डाल के देखेंगे कैसे है। तो मेन जो चीज़ है ये आप देख सकते हैं कौन से ब्रांड की है, ठीक है, जो मेन चीज़ है। तो अभी भाई हम इसको, ओ अंदर से भी भाई प्रॉपर वुलन है ये भाई, क्या बात है, हम लोग ठंडी में लेके जा रहे हो, ठंडी का इलाज भी करा रहे हो। तो भाई पुरानी वाली भी नहीं दे दे हो। ओ, क्यों दे दो आपको? तो भाई ये रही हमारी जैकेट जो हमने अभी पकड़ ली है और इसको ही डालेंगे, तो बहुत अच्छी है, इसका कलर भी बहुत अच्छा है, तो आप लोगों को कैसे लग रही है जरूर बताना। और थैंक यू सो मच सूरज भाई, आपने जैकेट जो है इतनी इतना कुछ करते हो। दोस्तों वैसे तो बहुत दूर दूर तो इतने लोग आने, एक साढ़े को इदा के बंदे भी है जेडे कि बहुत दूरों के स्पेशल जगह तो आए हैं, पर खाली हाथ आए रे, मतलब जड़ी वेर गल है, मेरा समान कहां है पहले ये बताओ। थोड़ा समान मिल जाएगा नहीं, जे ना मिला फिर रखा है स्पेशल चीज है, मैं तुम्हें दसदा है, स्टॉक ब्लैक में रखा है। हां अच्छा फिर ठीक है भाई, हुणी ना स्पेशल बिरयानी लैके आउंदे हुंदे आ, ते जिहड़ी कि बहुत टेस्टी हुंदी आ। लास्ट टाइम नूं 2 चमचे मिले सी खाण वास्ते, ते इस बार असीं 2 डब्बे मारांगे जे हर मिलगे, हर पता लग गया किथे पए ने। तो दोस्तों ये बहुत ही वधिया होटल है पहली ते गल है, ठीक है, ते आपां अपने आई डी कार्ड्स वगैरह भी बनवा लीए, ते साडे कार्ड्स की हाल चाल है, वधिया वधिया ठीक ठाक हो। तो दोस्तों मीडिया वाला कार्ड गया अपना बन, ठीक है, हम यदा सू फायदा की मिलता है कि सू कोई रोकूगा नहीं फोटोग्राफी तो, अदरवाइज की है कि रोका टोकी भी हो जाती होंगी ना। तो दोस्तों जैसे कैसे होते हैं कि जब जाना होता है कहीं तो कोई ना कोई मिल जाता है, यहाँ पे हमारे पास अपने काठमांडू वाले लोग भी आए हुए हैं। तो भाई मुझे आप लोगों का पता नहीं है, अपना अपना खुद ही बताओ पहले तो। माई सेल्फ राम विक्रम थापा फ्रॉम काठमांडू, आई हैव अ स्मॉल यूट्यूब चैनल। स्मॉल किसी का नहीं होता है, सब लार्ज ही होते हैं, स्टार्टिंग में स्मॉल होता है। अच्छा सब मुझे ट्विन स्ट्राइडर ब्लॉग के नाम से पहचानते हैं उधर। ओके वही है,
ਤੇ ਦੋਸਤੋ ਇਦਾਂ ਹੀ ਇੱਥੇ ਬਹੁਤ ਸਾਰਾ ਲਈ ਕੁਝ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਕੁਝ ਨਵੀਆਂ ਚੀਜ਼ਾਂ ਹੁੰਦੀਆਂ ਨੇ ਮਤਲਬ ਮੈਨੂੰ ਇਹ ਚੀਜ਼ਾਂ ਵਧੀਆ ਲੱਗਦੀਆਂ ਨੇ ਇਵੈਂਟਸ ਕਵਰ ਇਸ ਵਾਰ ਥੋੜਾ ਸਾ ਇੰਟਰਨੈਸ਼ਨਲ ਇਵੈਂਟ ਹੈ ਅੱਛਾ ਇਸ ਮੇ ਨੇਪਾਲ ਸੇ ਦੋ ਗਾੜੀਆਂ ਆਈ ਹੈ ਓਕੇ ਔਰ ਪੂਰੇ ਇੰਡੀਆ ਸੇ ਅਪਰੋਕਸੀਮੇਟਲੀ 50 ਹਮਾਰਾ 60 ਐਂਟਰੀਜ਼ ਸੀ 66 ਲੋਗੋ ਨੇ ਫਾਈਨਲੀ ਰਜਿਸਟਰ ਕਰਾ ਲਿਆ ਹੈ ਕੀ ਬਾਤ ਹੈ ਤੋ ਇਸ ਵਾਰ ਵੀ ਹੈਵ ਕ੍ਰੋਸਡ ਦੈਨ ਅਗੇਨ ਵੀ ਆਰ ਗੋਇੰਗ ਬਿਗਰ ਐਂਡ ਬਿਗਰ आप लोगों के प्यार से दूसरे लोगों के प्यार से तो बस प्यार ही प्यार है भाई इसमें मंचीज के ना जूसीज होते हैं तो ये मैं सोच रहा हूँ गाड़ी उठा के ले जाऊँ सारी की सारी यार वो उधर को चल मेरी गाड़ी ना उस तरफ गाड़ी है ऐसे चलते हैं ना तो भाई इनके बहुत अच्छे ड्रिंक्स होते हैं लास्ट टाइम हम लोगों ने आप लोगों टेस्ट भी कराए थे इस बार भी इनका स्टॉल लग रहा है तो अभी इसका भी टेस्ट करेंगे तो गाइस इस बार बहुत सारे लोग साथ में चल रहे हैं और बहुत सारे चैनल्स मीडियाज आए हुए हैं तो इंट्रोड्यूस यही कर देता हूँ हमारी मीटिंग चल रही थी तो हेलो गाइस क्या हाल चाल है फुल जोश में है सब लोग तो भाई यहाँ से शुरू करते हैं सर अपने अपने टाइप को थोड़ा सा इंट्रोड्यूस भी कर दो हाय आई एम सोम आई एम फ्रॉम बैंगलोर आई एम पार्ट ऑफ वीवो इंडिया ओके थैंक यू सर आप हाय दिस शुभम फ्रॉम दिल्ली आई एम विद एनडीटीवी कार्तिक भाई थैंक यू सर आप आई एम फ्रॉम दिल्ली आई एम कैमरा पर्सन थैंक यू हाय आई एम अनिरुद्ध फ्रॉम वीवो इंडिया एंड आई एम सुपर एक्साइटेड टू इनको तो मैं अच्छे से जानता हूँ मिला पहली बार हूँ तो चलो अभी साथ में चलेंगे और ये तो हमारा जान मतलब शिमला की ट्रूली द्राक्षा तो इसको तो आप लोग जानते होंगे तो ये अपने बाकी टीम मेंबर्स हैं सर आप हाय माय नेम इज रितु और मैं इंस्टाग्राम इन्फ्लुएंसर हूँ नाम भी बताना चाहिए प्रमोशन कर रही थी आ रही लड़की को भाई ये सिखानी पड़ेगी कैसे आती है चलो कोई नहीं थोड़ी थोड़ी बेइज्जती सबकी होगी तो चलो रिलैक्स थोनू मैं किसी ने मिलाना जिन्हें आपको लुटना है मतलब इंदर से लुटना मींस के सामने आज मोस्ट वेलकम की हाल चाल ने पंजाबी जी की हाल चाल ने बहुत बढ़िया जी बढ़िया है ठीक है ये भाई साडे हैगे ने मिंची मतलब वैसे इन्हों का ब्रांड है भाई मैं बताना चाहता हूँ कि ये लास्ट टाइम भी मैंने बताया था बहुत ही जबरदस्त ड्रिंक्स होते हैं तो इस बार कुछ नया भी बनाया है लग रहा है मुझे वो बॉटल सी देख के कौन सी ये नहीं लग रही है मुझे ये सर विंटर स्पेशल है ये सीबकथॉर्न बोलते हैं क्या लास्ट ईयर नहीं थी ना तब हम तो आप इनके आउटलेट से भी कुछ भी बाय कर सकते हैं गूगल कर सकते हैं आप इनको तो बहुत ही अच्छे ड्रिंक्स हैं बड़ा तगड़ा ब्रूट फोर्स है तुसी वॉकी टॉकी देखते हो असं यूज भी करते हैं तो इधर ड्राफ्टर जी ने मेरा शॉट लेना शुरू करता है तो गा पाऊगा हम ठीक है तो इधर नाल ही ब्रूट फोर्स के वॉकी टॉकीज आते हैं कप्स आते हैं इन्हें को चेन्स आदियां ने टायर वाली मतलब इन्होंने काफ़ी एक्सेसरी वगैरह थोड़ा मिल जूगी तो इन्होंने तुम गूगल भी कर सकते हो हाँ तो दोस्तों यहाँ पे हम लोग मैं ड्राफ्टर के साथ गेम लगाने वाला हूँ तो यहाँ पे वो पहले ही तार निकालने वाला है तो भाई यहाँ पे गेम है मोबाइल की ओर से है ये सी कौन जीतता है या चल शुरू कर भाई चल रही है हाँ चल भी चल कैमरा भी ऑन करो हाँ तो इसमें गिफ्ट मिलने वाला है ये एक गाड़ी का परफ्यूम पहले तू खेल ना पहले तू खेल हाँ पहले ढूंढ रहा नहीं कहीं अगर घूम जाए घूम जाए यहाँ पे कट टू द पार्ट हमारे पीछे दयाकरन भाई हेलो गाइस क्या हाल है हम दयाकरन व्लॉग्स और अभी भाई यहाँ पे कंपटीशन हम दोनों ने ले लिया बिकॉज़ वी बोथ आर द यंग यूट्यूबर्स जो यहाँ पे आज आए हैं भाई तो कंपटीशन ये है मोबाइल वालों ने स्पेशली हमारे लिए गेम रखी है मिस्टर बीन वाली चू चू वाली सुन रहे हो तो ये हमें करना है अब देखते हैं हम में से जीतता कौन है तो लेट्स स्टार्ट पहले मैं हाँ, पहले आप पहले ड्राफ्टर जी करेंगे क्योंकि हार जाएंगे तो फिर मुझे पता चलेगा ना कैसे खेलते हैं तो कैसे हारते हैं तो इसलिए वो चीज है चल शुरू कर ओके ओके सो हियर वी गो हियर वी गो ड्राफ्टर लग गया लग गया चीटिंग आप तू ये पकड़ रहा फिर मेरा फोन अब सही 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 एक हाथ नहीं इसका होता दया भाई वो लड़की बुला रही है पीछे यार कोई लड़की को आवाज है आवाज मार रही है दया भाई अबे यार अरे नहीं 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 भाई टच हुआ भाई बजा क्यों नहीं है भाई बजा क्यों नहीं है ये भाई बजा बजा चल चलो चलो रखो रखो ओ हो ये देखो लड़कियों का राज ये रिकॉर्ड हो गया ये रिकॉर्ड हो गया अब बता बता चल 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 भाई ये देखो लड़की ऐसे भी अच्छी लग रही है इसको सुंदर बनना था पहले ऐसी अच्छी लगती है सेल्फ ब्रैगिंग की यहाँ पे ड्राफ्टे अच्छा शॉट मिल गया इतना मतलब पकड़ी गई आज तरह ये भाई 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 इसको इंस्टाग्राम पे जाके देख रहा हूँ सब फिल्टर लगे हुए हैं मतलब नहीं 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 जो था पहले बोला था वो सही था कहते सुंदर दिखती हूँ मेरे को लगा पता नहीं कुछ तो प्लास्टिक सर्जरी यहाँ भी अलाउड है क्या ड्राफ्टे ड्राफ्टे इस हिसाब से मैं तेरे को भी अपना मेकअप करा के आना चाहिए था बेसिकली दिस गेम वॉज फ्रॉम मोबाइल और भाई मोबाइल है हमारे स्पॉन्सर्स एंड एज ऑलवेज दे हैव सपोर्टेड माउंटेन वर्ल्ड और आज बहुत ज्यादा फन लगता है हमेशा जब भी मोबाइल यहाँ पे आता है
ਦੋਸਤੋ ਕਹਿੰਦੇ ਹੁੰਦੇ ਕਿ ਜਿਵੇਂ ਕਿ ਹਰੇਕ ਬੰਦੇ ਦਾ ਕੁਛ ਨਾ ਕੁਛ ਹੁੰਦਾ ਖਾਸੀਅਤਾਂ ਹੁੰਦੀਆਂ ਨੇ ਬਾਈ ਹੁਣਾਂ ਕੋਲ ਵੀ ਇੱਥੇ ਇੱਕ ਪ੍ਰੋਡਕਟ ਹੈ ਵੈਸੇ ਤਾਂ ਆਪਣੇ ਪੰਜਾਬੀ ਬੰਦੇ ਨੇ ਇਹ ਤੇ ਇਹ ਇਹਨਾਂ ਵਿੱਚ ਬੜੀ ਵਧੀਆ ਚੀਜ਼ ਹੈ ਵੈਸੇ ਇਹਨਾਂ ਕੋਲ ਹੋਰ ਵੀ ਬਹੁਤ ਕੁਛ ਇਹਨਾਂ ਦੇ ਬ੍ਰਾਂਡ 'ਚ ਆਉਂਦਾ ਤੁਸੀਂ ਉਹਦੇ ਲਈ ਵੀ ਇਹਨਾਂ ਨੂੰ ਗੂਗਲ ਵੀ ਕਰ ਸਕਦੇ ਹੋ ਮੈਂ ਲਿੰਕ ਵੀ ਵੈਸੇ ਥੱਲੇ ਪਾਤਾ ਤੇ ਥੈਂਕ ਯੂ ਸੋ ਮਚ ਸਰ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਸਰ ਤੁਹਾਡੇ ਕੋਲ ਕੀ ਕੀ ਹੈ ਆਨਲਾਈਨ ਵਗੈਰਾ ਅਵੇਲੇਬਲ ਹੈਗੀ ਹੈ ਜਾਂ ਸਭ ਕੁਝ ਆਨਲਾਈਨ ਰਹਤਾ ਇਹ ਹਮਾਰੀ ਵੈਬਸਾਈਟ ਹੈ ਜਿਸੇ ਅੱਛਾ ਹਾਂਜੀ ਡਬਲਯੂ ਬਾਈ ਤੁਸੀਂ ਇਹ ਵੈਬਸਾਈਟ ਤੇ ਜਾ ਕੇ ਸਾਰੇ ਇਹਨਾਂ ਦੇ ਪ੍ਰੋਡਕਟਸ ਦੇਖ ਸਕਦੇ ਹੋ ਤੇ ਇਹ ਤੁਸੀਂ ਇਹਨਾਂ ਦੀ ਵੈਬਸਾਈਟ ਤੋਂ ਦੇਖ ਲਿਓ ਤੇ ਇੱਧਰ ਆ ਜਾਈਏ ਤੇ ਇੱਥੇ ਹੋਰ ਵੀ ਪ੍ਰੋਡਕਟਸ ਆ ਜਾਂਦੇ ਨੇ ਕਿਆ ਬਾਤ ਹੈ ਇੱਥੇ ਕਾਰ ਹੋਲਡਰਸ ਵਗੈਰਾ ਤੁਹਾਨੂੰ ਇੱਥੇ ਮਤਲਬ ਕਾਫੀ ਤਰੀਕੇ ਦੇ ਸਟਾਲਸ ਨੇ ਲੱਗੇ ਹੋਏ ਨੇ ਤੇ ਇਹਨਾਂ ਕੋਲੇ ਵੀ ਕਾਫੀ ਕੁਝ ਹੈਗਾ ਜਿਹੜਾ ਕਿ ਤੁਹਾਡੇ ਕੰਮ ਆ ਸਕਦਾ ਤੁਹਾਡਾ ਸਰ ਕਿਸ ਨਾਮ ਨਾਲ ਜੀ ਮੇਕ ਆਡੀਓ ਮੇਕ ਆਡੀਓ ਨਾਲ ਠੀਕ ਹੈ ਤੁਸੀਂ ਕਿੱਥੋਂ ਬੇਸਡ ਹੋ ਦਿੱਲੀ ਬੇਸਡ ਆ ਠੀਕ ਹੈ ਤੇ ਇਹਨਾਂ ਕੋਲੇ ਸਾਰਾ ਬਾਈ ਤੁਸੀਂ ਦੇਖ ਸਕਦੇ ਹੋ ਕਿੰਨਾ ਕੁਛ ਇਹਨਾਂ ਕੋਲ ਇਹਨਾਂ ਦੀ ਵੀ ਤੁਸੀਂ ਗੂਗਲ ਕਰ ਸਕਦੇ ਹੋ ਇਹਨਾਂ ਕੋਲੇ ਡੈਸ਼ ਕੈਮਸ ਵੀ ਹੈਗੇ ਆ ਬਾਈ ਜਿਹੜੀ ਕਿ ਅੱਜ ਕੱਲ੍ਹ ਬਹੁਤ ਜ਼ਰੂਰਤ ਹੈ ਕਿਉਂਕਿ ਇਹ ਤੋਂ ਬਿਨਾਂ ਮੇਰੇ ਹਿਸਾਬ ਨਾਲ ਅੱਜ ਕੱਲ੍ਹ ਗੱਡੀ ਕਿਸੇ ਕੰਮ ਦੀ ਨਹੀਂ ਤੇ ਇਹਦੇ 'ਚ ਵੀ ਇਹਨਾਂ ਦੇ ਮਤਲਬ ਲੇਟੈਸਟ ਟੈਕਨੋਲੋਜੀ ਵਾਲੇ ਹੋਣਗੇ ਤੇ ਇਹ ਤੁਸੀਂ ਇਹਨਾਂ ਨੂੰ ਗੂਗਲ ਕਰਕੇ ਉੱਥੋਂ ਜ਼ਰੂਰ ਦੇਖ ਲਿਓ ਤੇ ਇੱਧਰ ਇੱਕ ਹੋਰ ਯੋਕੋਹਾਮਾ ਦਾ ਵੀ ਜਿਹੜਾ ਸਟਾਲ ਲੱਗਿਆ ਹੋਇਆ ਜਿਹੜਾ ਕਿ ਮੇਰਾ ਫੇਵਰੇਟ ਵੀ ਹੈ ਤੇ ਆਲਮੋਸਟ ਆਪਾਂ ਗੱਡੀਆਂ 'ਚ ਹੀ ਪਾਉਂਦੇ ਰਹੇ ਹਾਂ ਤੇ ਇਹਨਾਂ ਕੋਲੇ ਵੀ ਟਾਇਰਸ ਵਗੈਰਾ ਸਾਰੇ ਮੈਨੂੰ ਦੱਸਣ ਦੀ ਲੋੜ ਨਹੀਂ ਇਹਨਾਂ ਬਾਰੇ ਵੀ ਇਹ ਕੀ ਹੈਗੇ ਨੇ ਤੇ ਸਰ ਕੋਈ ਲੇਟੈਸਟ ਟਾਇਰ ਆਇਆ ਅੱਜ ਕੱਲ੍ਹ ਕਿ ਉਹੀ ਚੱਲ ਰਹੇ ਨੇ ਫਿਲਹਾਲ ਉਹੀ ਚੱਲ ਰਹੇ ਨੇ ਚਲੋ ਵਧੀਆ ਗੱਲ ਹੈ ਤੇ ਬਾਕੀ ਬਾਈ ਇਹਨਾਂ ਨੂੰ ਤੁਸੀਂ ਗੂਗਲ ਦੱਸਣ ਦੀ ਵੀ ਲੋੜ ਨਹੀਂ ਅੱਛਾ ਕਾਰਨਰ ਕੈਫੇ ਕਾ ਇਸ ਬਾਰ ਤੋ ਆਪਕੇ ਸਪੈਸ਼ਲ ਕਿਆ ਹੈ ਆਪਕੇ ਪਾਸ ਹਮਾਰੇ ਪਾਸ ਬਿਰਿਆਨੀ ਹੈ ਥਾਈ ਕਰੀ ਹੈ ਪੀਜ਼ਾਸ ਹੈ ਅੱਛਾ ਔਰ ਫਰੈਸ਼ ਕਾਫੀ ਤੋ ਆਪਕਾ ਮੇਨ ਵੀ ਯਹਾਂ ਪੇ ਕਹੀਂ ਹੈ ਸੰਜੋਲੀ ਮੇਂ ਸੰਜੋਲੀ ਮੇਂ ਅੱਛਾ ਕਿਆ ਬਾਤ ਹੈ ਬਈ ਆਪ ਸੰਜੋਲੀ ਕੋਈ ਜਾਏਗਾ ਤੋ ਇਨ ਲੋਗੋਂ ਕੋ ਜ਼ਰੂਰ ਵਹਾਂ ਪੇ ਜਾ ਕੇ ਆਨਾ ਟੈਸਟਿੰਗ ਹੋ ਰਹੀ ਹੈ ਗਾੜੀ ਕੀ ਸਕੂਟਨੀ ਵਗੈਰਾ ਹੋ ਰਹੀ ਹੈ ਵਿਆਕਰਨ ਜੀ ਕੇ ਲਈ ਓ ਕੀ ਬਾਤ ਹੈ ਇਹ ਸਵੇਰ ਸੇ ਕਮੈਂਟਿੰਗ ਕਰ ਰਹੇ ਹੈ ਮੇਰੇ ਪੇ ਤੋ ਇਨਕੋ ਸ਼ੂਗਰ ਵੀ ਨਹੀਂ ਦੀ ਜਾਏਗੀ ਹਾਂ એનર્ਜੀ ਡਰਿੰਕ ਮਿਲ ਗਿਆ ਭਈ ਅਭੀ ਤੋ ਅੱਛਾ ਹੈ ਉਹ ਵੀ ਸ਼ੂਗਰ ਵੀ ਨਹੀਂ ਹੈ એનર્ਜੀ ਡਰਿੰਕ ਕੀ ਬਾਤ ਹੈ ਭਈ ਦੋਸਤੋ ਇਹ ਸੀਗਾ ਅੱਜ ਦਾ ਦਿਨ ਜਿਹਦੇ ਵਿੱਚ ਕਿ ਲਾਈਕ ਇੱਥੇ ਸਾਰੇ ਲੋਕ ਆਏ ਅਸੀਂ ਹਰੇਕ ਨੂੰ ਮਿਲੇ ਠੀਕ ਹੈ ਬਹੁਤ ਸਾਰੇ ਮੇਰੇ ਵਿਊਵਰਸ ਵੀ ਸੀਗੇ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੁਸੀਂ ਆਏ ਹੋ ਮਿਲੇ ਹੋ ਵਧੀਆ ਲੱਗਿਆ ਅਤੇ ਹੁਣ ਸਾਰੇ ਸਾਰੇ ਸਟਾਲ ਇੱਥੋਂ ਚੱਕੇ ਜਾ ਰਹੇ ਨੇ ਠੀਕ ਹੈ ਕਿਉਂਕਿ ਜਿਹਨਾਂ ਜਿਹੜਾ ਜੋ ਸੀਗਾ ਸਾਰੇ ਬ੍ਰੈਂਡਿੰਗ ਇੱਥੇ ਹੋਈ ਪਈ ਸੀਗੀ ਇੱਧਰ ਬੈਗ ਭਰ ਭਰ ਕੇ ਹੁਣ ਇਹ ਜਾ ਰਹੇ ਨੇ ਇੱਥੋਂ ਠੀਕ ਹੈ ਅਤੇ ਬਾਕੀ ਹੈ ਕਿ ਹੁਣ ਆਪਾਂ ਵੀ ਲਾਈਕ ਇੱਥੋਂ ਨਿਕਲਾਂਗੇ ਬਰੀਫਿੰਗ ਵਾਸਤੇ ਠੀਕ ਹੈ ਥੋੜ੍ਹੀ ਬਰੀਫਿੰਗ ਹੋਊਗੀ ਕਿਉਂਕਿ ਕੱਲ੍ਹ ਨਿਕਲਣਾ ਸਵੇਰੇ ਅਰਲੀ ਆਪਾਂ ਸਪੀਤੀ ਲਈ ਠੀਕ ਹੈ ਸਪੀਤੀ ਇੱਕ ਵੈਲੀ ਆ ਬਹੁਤ ਵਧੀਆ ਜਿਹਦੇ ਵਿੱਚ ਸਨੋ ਡਰਾਈਵ ਹੋਊਗੀ ਅਸੀਂ ਪ੍ਰੋਪਰ ਕੌਨਵਾਈ ਲੈ ਕੇ ਚੱਲਾਂਗੇ ਬਹੁਤ ਇੰਟਰਸਟਿੰਗ ਕਨਸੈਪਟ ਹੋਣ ਵਾਲਾ ਅਤੇ ਉਮੀਦ ਹੈ ਕਿ ਤੁਸੀਂ ਵੀ ਇੰਜੋਏ ਕਰੋਗੇ ਇਸ ਚੀਜ਼ ਨੂੰ ਅਤੇ ਹੁਣ ਇਹ ਹੈ ਕਿ ਅਸੀਂ ਇੱਥੋਂ ਚੱਲਾਂਗੇ ਹੋਟਲ ਉੱਥੇ ਜਾ ਕੇ ਰੁਕਾਂਗੇ ਅਤੇ ਸਟਿਕਰਿੰਗ ਵਗੈਰਾ ਹੋ ਚੁੱਕੀ ਹੈ ਗੱਡੀਆਂ ਦੇ ਮੈਂ ਤੁਹਾਨੂੰ ਦਿਖਾਇਆ ਅਤੇ ਹਾਂ ਇਹਦੇ ਕੁਛ ਚਾਰਜਿਸ ਵੀ ਹੁੰਦੇ ਨੇ ਉਹ ਹਰੇਕ ਟ੍ਰਿਪ ਦੇ ਅਲੱਗ ਅਲੱਗ ਚਾਰਜਿਸ ਹੁੰਦੇ ਨੇ ਉਹ ਲਈ ਤੁਸੀਂ ਮਾਊਂਟੇਨ ਗੋਟ ਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ ਉਹਨਾਂ ਨੂੰ ਮੇਲ ਕਰ ਸਕਦੇ ਹੋ ਮੈਂ ਸਾਰਾ ਕੁਛ ਨੰਬਰ ਵਗੈਰਾ ਡਿਸਕ੍ਰਿਪਸ਼ਨ ਥੱਲੇ ਪਾਏ ਹੋਏ ਨੇ ਅਤੇ ਬਾਕੀ ਥੈਂਕ ਯੂ ਸੋ ਮੱਚ ਸਾਰੇ ਬ੍ਰੈਂਡਿੰਗ ਜਿਨ੍ਹਾਂ ਨੇ ਸਾਰਾ ਸਪੋਂਸਰ ਕਰ ਰਹੇ ਨੇ ਜਿਹੜਾ ਸਾਰਾ ਕੁਛ ਇੰਨਾ ਹੋ ਰਿਹਾ ਅਤੇ ਬਹੁਤ ਹੀ ਮਜ਼ਾ ਆ ਰਿਹਾ ਬਾਈ ਬਹੁਤ ਹੀ ਇੰਟਰਸਟਿੰਗ ਦਿਨ ਸੀਗਾ ਦੋਸਤੋ ਸੂਰਜ ਢਲ ਗਿਆ ਗੱਡੀਆਂ ਸਾਰੀਆਂ ਅਤੇ ਸਟਿਕਰਿੰਗ ਵਗੈਰਾ ਹੋ ਗਈਆਂ ਅਤੇ ਹੁਣ ਆਪਾਂ ਇੱਥੋਂ ਬਰੀਫਿੰਗ ਆ ਥੋੜ੍ਹੀ ਜਿਹੀ ਅਤੇ ਸਾਰੀਆਂ ਗੱਡੀਆਂ ਸਟਿਕਰਿੰਗ ਵਗੈਰਾ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਤੇ ਦੋਸਤੋ ਅਸੀਂ ਥੋੜ੍ਹਾ ਜਿਹਾ ਵੁੱਡਵਿਲਾ ਤੋਂ ਸਾਈਡ 'ਤੇ ਰੁਕ ਰਹੇ ਹਾਂ ਕਿਉਂਕਿ ਉੱਥੇ ਸਾਰਾ ਪੈਕ ਹੋ ਗਿਆ ਸੀਗਾ ਅਤੇ ਹੁਣ ਆਪਾਂ ਹੋਟਲ ਪਹੁੰਚ ਗਏ ਡਿਨਰ ਕਰਾਂਗੇ ਅਤੇ ਵੀਡੀਓ ਐਡਿਟ ਕਰਾਂਗੇ ਕਿਉਂਕਿ ਇਹ ਤੁਸੀਂ ਕੱਲ੍ਹ ਦੇਖੋਗੇ ਅਤੇ ਡੇਲੀ ਵਲੋਗ ਲਾਈਵ ਹੋਣਗੇ ਅਤੇ ਕੱਲ੍ਹ ਬਹੁਤ ਇੰਟਰਸਟਿੰਗ ਦਿਨ ਹੋਣ ਵਾਲਾ ਅਤੇ ਮੈਂ ਮਤਲਬ ਤੁਹਾਨੂੰ ਰੂਮ 'ਚ ਜਾ ਕੇ ਹੀ ਦੱਸਦਾ ਕਿਉਂਕਿ ਹੁਣ 9 ਵੱਜ ਚੁੱਕੇ ਨੇ ਆਲਮੋਸਟ ਅਤੇ ਕੱਲ੍ਹ ਅਸੀਂ ਚੱਲਾਂਗੇ ਕਲਪਾ ਠੀਕ ਹੈ ਇੱਥੋਂ ਕੋਈ 120 ਕਿਲੋਮੀਟਰ ਦੇ ਆਸ ਪਾਸ ਹੈਗਾ ਮੈਂ 150 ਮੰਨ ਕੇ ਜਿਹੜੀ ਰਾਮਪੁਰ ਕ੍ਰੋਸ ਕਰਕੇ ਜਾਵਾਂਗੇ ਅਤੇ ਫਿਲਹਾਲ ਤੁਸੀਂ ਹੋਟਲ ਚੈੱਕ ਕਰੋ ਤੇ ਦੋਸਤੋ ਇਹ ਸਾਡਾ ਰੂਮ ਅੱਜ ਵਾਲਾ ਇੱਥੇ ਰੁਕ ਰਹੇ ਹਾਂ ਅਤੇ ਫਿਲਹਾਲ ਦੋਨੋਂ ਮੈਂ ਬਾਬਾ ਏ ਕਰਨ ਦਾ ਟਾਈਮ ਆ ਗਿਆ ਕਿਉਂਕਿ ਡਿਨਰ ਕਰੂੰਗਾ ਵੀਡੀਓ ਐਡਿਟ ਕਰੂੰਗਾ ਅਤੇ ਸੌਂ ਜੂੰਗਾ ਅਤੇ ਉਮੀਦ ਹੈ ਕਿ ਤੁਸੀਂ ਅੱਜ ਦਾ ਦਿਨ ਪੂਰਾ ਇੰਜੋਏ ਕੀਤਾ ਹੋਊਗਾ ਅਤੇ ਕਿਸੇ ਦੀ ਕੋਈ ਇਨਕੁਆਇਰੀ ਜਾਂ ਡਿਟੇਲ ਹੋਵੇ ਤਾਂ ਤੁਸੀਂ ਮਾਊਂਟੇਨ ਬੋਰਡ ਨੂੰ ਉਹਨਾਂ ਦੇ ਇੰਸਟਾਗ੍ਰਾਮ 'ਤੇ ਉਹਨਾਂ ਨੂੰ ਈਮੇਲ ਕਰ ਸਕਦੇ ਹੋ ਉਹਨਾਂ ਦੀ ਵੈਬਸਾਈਟ ਵੀ ਹੈਗੀ ਹੈ ਅਤੇ ਥੈਂਕ ਯੂ ਸੋ ਮੱਚ
ਤੇ ਇਹਨਾਂ ਨੇ ਮੈਨੂੰ ਇਨਵਾਈਟ ਕੀਤਾ ਮਾਊਂਟਨ ਗੋਟ ਨੇ ਤੇ ਮਿਲਦੇ ਹੁਣ ਕੱਲ੍ਹ ਨੂੰ ਨਵਾਂ ਦਿਨ ਨਵਾਂ ਵਲੌਗ ਲੈ ਕੇ ਬਾਏ ਟੇਕ ਕੇਅਰ।